ਸੋ ਹੈਲੋ ਗਾਇਸ ਸੋ ਟਾਈਮ ਹੁੰਦਾ ਪਿਆ 12:30 ਮੈਂ ਤੁਹਾਨੂੰ ਦਿਖਾਉਂਦਾ ਉੱਥੇ ਸਾਹਮਣੇ 12:30 ਹੋਏ ਤੇ ਫਿਰ ਤੇ ਮੈਂ ਜਾਗਦਾ ਪਿਆ ਅਤੇ ਮੈਨੂੰ ਨੀਂਦ ਨਹੀਂ ਆਉਂਦੀ ਪਈ ਆਹੀ ਸੋਚ ਸੋਚ ਕਿ ਮੈਂ ਕੱਲ੍ਹ ਕੋਲੇਜ ਜਾਣਾ ਫਸਟ ਟਾਈਮ ਕੱਲ੍ਹ ਜਾਣਾ ਕੋਲੇਜ ਅਤੇ ਉੱਥੇ ਦੇਖਦੇ ਕੀ ਹਿਸਾਬ ਕਿਤਾਬ ਹੈਗਾ ਵਾ ਅਤੇ ਕਦੀ ਵਲੋਗ 'ਚ ਬਣੇ ਰਹੋ ਬੜਾ ਘੈਂਟ ਵਲੋਗ ਬਣਨ ਵਾਲਾ ਵਾ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੇਗਾ ਬਾਕੀ ਆਪਾਂ ਸਵੇਰੇ ਗੱਲ ਕਰਦੇ ਹਾਂ ਓਕੇ ਬਾਏ ज्यादा नहीं हो गया ही। मतलब चैनल आई होप कि तुम सारी कैंट हो गए तो गाइस इस वक्त टाइम हो रहा है 8:30 तो साड़ी बस चलन तैयार आ तो आप पहली बार जा रहे हैं अपने कॉलेज दर्शन कराने तुम कॉलेज के तो आप भी दर्शन करा चंगी तरह बाकी तुम अपने दोस्त दोस्त ना मिलाने हैं जिन्हें भी हूँ नवे यारी पई आ तो साड़ी बस एकदम चलन तैयार आ उठन का प्लैन से 5 बजे पर उठे आप 7 बजे तो हूँ 8:30 बज गए बड़ा लेट हो गए 9 बजे तो साड़ा कॉलेज आ ਇਹਦਾ ਮਤਲਬ ਪਹਿਲੇ ਦਿਨ ਹੀ ਲੇਟ ਆਪਾਂ ਹੋਵਾਂਗੇ ਬਾਕੀ ਉੱਥੇ ਜਾ ਕੇ ਦੇਖਦੇ ਹਾਂ ਕੀ ਹਿਸਾਬ ਕਿਤਾਬ ਹੈਗਾ ਕੋਲੇਜ ਦਾ ਨਜ਼ਾਰੇ ਲੈਂਦੇ ਹਾਂ ਮਿਲਦੇ ਹਾਂ ਸਾਰਿਆਂ ਨੂੰ ਕਾਫੀ ਟਾਈਮ ਹੋ ਗਿਆ ਲੋਕਡਾਊਨ ਤੋਂ ਬਾਅਦ ਵਿੱਚ ਚਲੋ ਹੁਣ ਬਾਕੀ ਤੁਹਾਨੂੰ ਵਿਊ ਦਿਖਾਉਂਦੇ ਹਾਂ ਅਗਲਾ ਬਾਏ ਉਹ ਮੈਨੂੰ ਚੇਤਾ ਹੀ ਨਹੀਂ ਨਜੇਬ 'ਚ ਪਾਇਆ ਹੇਅਰ 'ਚ ਹੇਅਰ 'ਚ ਲੱਭਾ ਹੇਅਰ 'ਚ ਲੱਭਾ ਉਧਰ ਗਿਆ ਫਸਾਣਾ ਵਾਲਾ ਹੋ ਗਿਆ ਵਾਪਸ ਆ ਗਿਆ ਲਾਓ ਗਿਓ ਮੈਂ ਪੈਸੇ ਲੱਭਾ ਮੈਂ 600 ਰੁਪਇਆ ਡਿੱਗ ਗਿਆ ਫਿਰ ਇੱਧਰ ਨਹੀਂ ਜੇਬ 'ਚ ਚੈੱਕ ਕੀਤਾ ਤਾਂ ਇੱਧਰ ਸੀਗਾ ਉਹ 10 ਮਿੰਟ ਦੇ ਵਿੱਚ ਚੱਲਣੀ ਆ ਟਾਈਮ ਯਾਰ 8:30 ਹੋ ਗਿਆ 10 ਮਿੰਟ ਉੱਪਰ ਹੀ ਹੋ ਗਏ 9 ਵਜੇ ਹੈਂ ਹੋਰ 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 ਮਿਲਦੇ ਹਾਂ ਓਕੇ ਓਕੇ ਬਾਏ ਫਿਰ ਉਹਨਾਂ ਨੇ ਕਹਿਣਾ ਆ ਗਏ ਆ ਕਲੋਲਾ ਕਰ ਲੈਂਦੀ ਆ ਕਲੋਲਾ ਕਰ ਲੈਂਦੀ ਆ ਬਸ ਉਹਨਾਂ ਨੇ ਕਹਿਣਾ ਫਿਰ ਆ ਗਏ ਆ ਸ਼ਾਤ
आधा घंटा वेट करने तो बाद हूँ साड़ी बस चली आ, बस हम जल्दी जाए जल्दी जल्दी पहुँच भी आप। सानू तोर के जाना पैना इतों की रुमाल लाड़िए ज लगा रहते बड़ी दूर पै जाता यार। सवेरे जल्दी उठाया करना 7 बजे वाली बस फर लेनी फिर इतों की बहुत दूर पै जाता सानू। फोन करते हैं किसी को भी लैनी आ जाए। चलो हुशियारपुर के रास्ते में जिथे तक साडा कॉलेज हैगा उत्थे सानू इक्को ही नाका लगता आवला सामने। जे आह भी ना लगता होंदा ना फिर आप अपना मोटरसाइकिल ही लियाना सीगा। हाले लाइसेंस नहीं बनया ना तां करके बड़ी औख हुंदी पई, बहुत ज़्यादा औख हुंदी पई आ। साढ़िया क्लासा लगनिया स्टार्ट हो गई वा पर मैंने 9:30 हो गए हुए मैं हाले भी नहीं पुजा, मतलब 10 बजे पुजागा, पूरे 10 बजे पुज जाना। उत्थे फोन किया दोस्तों, वो कहते 5-6 जने आए हैं हाले, बस पहला दिन घट ही आने से बाकी हौली हौली आ जाऊंगे, माहौल देख के आने की हैगा वा। तुम भी दिखाने कॉलेज अपना ਇੱਥੇ ਦੀ ਬਸ 4-5 ਮਿੰਟ ਦੀ ਦੂਰੀ ਤੇ ਰਹਿ ਗਿਆ ਸਾਡਾ ਕਾਲਜ। ਹੁਣੇ ਹੁਣੇ ਇੱਕ ਮੁੰਡਾ ਮੈਨੂੰ ਬੁਲਾ ਕੇ ਗਿਆ, ਉਹ ਮੈਨੂੰ ਜਾਣਦਾ ਸੀਗਾ ਪਰ ਮੈਂ ਨਹੀਂ ਉਹਨੂੰ ਜਾਣਦਾ ਸੀ। ਕੋਈ ਨਾ, ਕਾਲਜ ਬਹੁਤ ਦੂਰ ਆ ਯਾਰ, ਬਹੁਤ ਜ਼ਿਆਦਾ ਦੂਰ ਪੈਂਦਾ ਇੱਥੋਂ ਦੀ, ਉੱਥੇ ਦੀ ਹੈਗਾ ਵੀ ਇਕੱਲਾ ਮੈਂ, ਲਾਗੇ ਹੀ ਆ ਗਿਆ ਆ ਰਿਹਾ। ਬਸ 2-4 ਮਿੰਟ ਹੋਰ ਫੋਨ ਕਰਨਾ ਪੈਣਾ ਫੇਰ ਹੀ ਆ, ਲੱਭੀਏ ਪਹਿਲਾਂ ਉਹਨਾਂ ਨੂੰ। ਆਪਣਾ ਕਾਲਜ ਆ ਜੀ, ਕੀ ਹਾਲ ਚਾਲ ਵੀਰੇ? ਬਾਕੀ ਕੀ ਹਾਲ ਚਾਲ ਭਾਜੀ?
चलो यार चलिए।